पता लगता लो भाई एक मैसी वाले भाई आ बहुत वधिया इन्होंने ऐ शो शू पूरी कवर करी भी हुंदी है मैं कहना भाई सारे आही वध बिकदा इन्हां दा हैना 750 60 नालों भी वध इहदी मार्केट है सत श्री अकाल भाई सारिआं नूं जी बहुत बहुत स्वागत है एक नवीं वीडियो दे विच सो भाई अज तुहानूं आपां ट्रैक्टर दिखाउणा जी मैसी 9500 ते गल करिए ट्रैक्टर दे मॉडल दी ते मॉडल हैगा भाई 2015 ते बाकी तुहानूं ट्रैक्टर बारे भाई आपां सारी जानकारी दिंदे आ ते वीडियो विच बने रहो ते भाई इधर सोनाली काले कोल आ बैंक वाले पक्के ही आए हुंदे आ ते होर भाई क्या हाल है वधिया सत श्री अकाल सारिआं नूं ठीक है भाई बहुत वधिया वीरे बहुत वधिया ठीक है ट्रैक्टर भाई 12 मॉडल आया ने कोल है नहीं 12 मॉडल नहीं वीरे 15 ना सॉरी 15 मॉडल 15 मॉडल 12 नंबर है पीवी 12 हां पीवी 12 नंबर है वीरे ते पीवी 12 नंबर है भाई ते 3000 चलया वा जेन्युइन 3000 घंटे हैं 3000 घंटे चलया वा भाई ते गल करिए ट्रैक्टर दे टायरां दी 16928 दे टायर है ते टायर नाल दे ट्रैक्टर दे भाई मान के चलो भी अद्ध तो उपर टायर खड़े हैं ट्रैक्टर दे हुण भी MRF शक्ति प्लस दे टायर लगे हुए ट्रैक्टर में चारे ते भाई मैसी ट्रैक्टर बारे तो लगभग पता ही है रूटरी पंप दे विच आउंदा ट्रैक्टर 9500 जिहड़ा इह ते हाउस पावर इहदी 5860 दे पावर दे लागे छागे हाउस पावर है ते बाकी लिफ्ट कैपेसिटी पक्खों ट्रैक्टर तुहानूं पता ही मैसी दे बहुत वधिया कामयाब ट्रैक्टर मन्ने गए हैं ते दा बहुत सारे वीरां ने मैसी ट्रैक्टर लेना हुंदा भाई तां उहनां वास्ते वधिया ट्रैक्टर है तो सब तो बड़ी गल है भाई जिहड़ा ट्रैक्टर है मैसी 9500 ये बहुत रेट में मिल जाता ट्रैक्टर तो अपन मॉडल भी उच्चा मिल जाता ये रेट वधिया रेट में मिल जाता तो होर भाई कोई जानकारी ट्रैक्टर बारे दो ये बारे ਵਧੀਆ ਰੁੰਚਾ ਮਾਡਲ ਆ ਵੀਰੇ ਘੱਟ ਚੱਲਿਆ ਵਾ ਹਾਂ ਠੀਕ ਹੈ ਤੇ ਵਧੀਆ ਮਤਲਬ 60 ਪਾਵਰ ਜੇ ਮੰਨ ਕੇ ਯਾਰ ਕਿਸੇ ਨੇ ਤੇ ਲੋਨ ਕਰਾਉਣਾ ਕਰ ਦੂੰਗਾ ਹਾਂ ਆਰਾਮ ਨਾਲ ਹੋ ਜਾਊਗਾ ਵੀਰੇ ਠੀਕ ਆ ਕਿੰਨਾ ਕ ਲੋਨ ਹੋ ਜਾਊਗਾ ਇਹ ਮੰਨ ਕੇ ਚੱਲ 4 ਲੱਖ ਦਾ ਟਰੈਕਟਰ ਹੈ ਕਿੰਨਾ ਲੋਨ ਕਰ ਦੂੰਗਾ 3 ਲੱਖ ਦਾ ਲੋਨ ਕਰ ਦਾਂਗੇ ਵੀਰੇ 3 ਲੱਖ ਦਾ ਲੋਨ ਕਰ ਦੂੰਗਾ ਆਰਾਮ ਨਾਲ ਹੋ ਜਾਊਗਾ ਵੀਰੇ 3 ਲੱਖ ਦਾ ਠੀਕ ਆ ਚੱਲ ਤੇ ਇਕਣਾ ਭਾਈ ਬਹੁਤ ਸਾਰੇ ਵੀਰ ਪੁਰਾਣੇ ਟਰੈਕਟਰ ਦੇ ਵੀ ਕਿਸੇ ਨੇ ਲੋਨ ਕਰਾਉਣਾ ਹੁੰਦਾ ਤਾਂ ਭਾਈ ਉਹ ਵੀ ਹੋ ਜਾਂਦਾ ਵੀਰ ਨਹੀਂ ਲੋਨ ਦਾ ਹੀ ਕੰਮ ਕਰਦੇ ਆ ਬਿਲਕੁਲ ਜੀ ਬਿਲਕੁਲ ਪੀਵੀ 12 1468 ਕਈ ਬੰਦੇ ਭਾਈ ਨੰਬਰ ਨਹੀਂ ਦਿਖਾਉਂਦੇ ਨੰਬਰ ਉਹ ਕਰ ਦਨੇ ਆਪਾਂ ਨਹੀਂ ਉਹ ਕਰਦੇ ਨੰਬਰ ਸਾਹਮਣੇ ਦਿਖਾਇਆ ਜਿੱਥੋਂ ਮਰਜ਼ੀ ਚੈੱਕ ਕਰ ਲਓ ਠੀਕ ਨਹੀਂ ਭਾਈ ਬਿਲਕੁਲ ਵੀਰੇ ਬਿਲਕੁਲ ਹਾਂ ਤੇ ਬਾਕੀ ਭਾਈ ਆ ਟਰੈਕਟਰ ਦਾ ਨਾ ਸਾਰਿਆਂ ਨੂੰ ਵਧੀਆ ਦਾ ਆਹ ਬਹੁਤ ਖੁੱਲਾ ਡੁੱਲਾ ਪਲੇਟਫਾਰਮ ਆ ਬਾਕੀ ਟਰੈਕਟਰਾਂ ਨਾਲੋਂ ਆ ਚੀਜ਼ ਜਿਹੜੀ ਬਹੁਤ ਵਧੀਆ ਲਾਈ ਹੋਈ ਆ ਤੇ ਰਿਲੈਕਸ ਹੋ ਕੇ ਬੈਠਦਾ ਹਾਂ ਬਿਲਕੁਲ ਬਿਲਕੁਲ ਭਾਈ ਤੇ ਵੇਟ ਪਿਆ ਵਾ ਇਹਦੇ ਵੇਟ ਤਾਂ ਬਾਬੇ ਨਾਲੇ ਆਉਨੇ ਆ ਮੈਸੀ ਜਿੰਨੇ ਵੀ ਮੈਸੀ ਟਰੈਕਟਰ ਹੈ ਨਾ ਹਾਂਜੀ ਇਹਨਾਂ ਨੂੰ ਵੇਟ ਲਵਾਉਣ ਦੀ ਲੋੜ ਨਹੀਂ ਮੈਂ ਇਹਨੂੰ ਕੰਪਨੀ ਫਿਟਡ ਆਉਨੇ ਜੇ ਆਪਾਂ 243 ਵੀ ਲੈਨੇ ਆ ਹਾਂਜੀ ਉਹਨੂੰ ਵੀ ਵੇਟ ਨਾਲ ਆਉਨੇ ਆ 243 ਵੀ ਬਹੁਤ ਲੋਕ ਹਾਂ 243 ਦਾ ਭਾਈ ਮੈਨੂੰ ਬਹੁਤ ਦੇ ਫੋਨ ਆਉਨੇ ਆ ਵੀ 243 ਕੋਈ ਉੱਚਾ ਮਾਡਲ ਪਰ ਟਰੈਕਟਰ ਜਿਹੜਾ 243 ਚੰਗਾ ਮਿਲਦਾ ਨਹੀਂ ਜੇ ਕੋਈ ਟਰੈਕਟਰ ਮਿਲਦਾ ਵੀ ਉਹਦਾ ਰੇਟ ਬਹੁਤ ਹੁੰਦਾ ਭਾਈ ਆ ਚੱਕਰ ਆ ਆਲਟੋ ਵਾਲਾ ਕੰਮ ਹਾਂ ਜਿਕੜਾ ਮਰੂਤੀ ਦੀ ਆਲਟੋ ਹਾਂ ਇੱਕ ਇੱਕ 243 ਹੋਊਗਾ ਇੱਕ ਹੋ ਗਿਆ 575 ਹਾਂਜੀ ਬਹੁਤ ਬਹੁਤ ਡਿਮਾਂਡ ਆ ਭਾਈ ਆ ਟਰੈਕਟਰਾਂ ਦੀ ਸੈਕਿੰਡ ਹੈਂਡ ਟਰੈਕਟਰਾਂ ਦੀ ਜਿਹੜੇ ਬੰਦੇ ਕੋਲ ਹੈਗੇ ਉਹ ਵੇਚਦਾ ਨਹੀਂ ਯਾਰ ਵੇਚਦਾ ਨਹੀਂ ਹੈਗਾ ਹਾਂ ਬਿਲਕੁਲ ਭਾਈ ਐਵਰੇਜ ਵਧੀਆ ਹੋ ਗਿਆ ਤੇ ਆ ਦੇਖੋ ਨਾ ਭਾਈ ਡੀਜ਼ਲ ਫਿਲਟਰ ਵੀ ਇੱਧਰ ਲਾਏ ਹੋਏ ਆ ਪੁੱਠੇ ਪਾਸੇ ਨਹੀਂ ਸਾਰੇ ਟਰੈਕਟਰ ਨੂੰ ਦੂਏ ਪਾਸੇ ਹੁੰਦੜੀ ਇਹਨਾਂ ਨੂੰ ਇੱਧਰ ਲਾਇਆ ਵਾ ਹਾਂਜੀ ਤੇ ਬਾਕੀ ਭਾਈ ਗੱਲ ਕਰੀਏ ਟਰੈਕਟਰ ਦੇ ਰੇਟ ਦੀ ਤੇ ਇਹਦਾ ਰੇਟ ਕਰਦੇ ਆ ਭਾਈ 4,20,000 ਰੁਪਇਆ ਤੇ ਬਾਕੀ ਭਾਈ ਮੌਕੇ ਤੇ ਜਿੰਨਾ ਹੋਊਗਾ ਵੱਧ ਤੋਂ ਵੱਧ ਇਹਦਾ ਜਾਇਜ਼ ਕਰਕੇ ਦੇ ਦਾਂਗੇ ਟਰੈਕਟਰ ਤੁਹਾਨੂੰ ਪਤਾ ਰੇਟ ਦਾ ਭਾਈ ਮੰਗਣਾ ਹੀ ਪੈਂਦਾ ਮਾੜਾ ਮੋਟਾ ਤੇ ਬਾਕੀ ਬੈਠ ਕੇ ਗੱਲ ਹੋ ਜਾਂਦੀ ਸਾਰੀ ਸੌਦਾ ਬੈਠ ਕੇ ਹੁੰਦਾ ਪਲੰਟਰੀ ਪਲੱਸ ਪਲੰਟਰੀ ਪਲੱਸ ਵਿੱਚ ਆਉਂਦਾ ਭਾਈ ਟਰੈਕਟਰ ਇਹ ਇਹ ਜਿਹੜਾ ਆਪਾਂ ਪਲੰਟਰੀ ਕਹਿੰਦਾ ਨੇ ਇਹ ਪਿੱਛੇ ਲੱਗਿਆ ਹੁੰਦਾ ਭਾਈ ਚੱਕਿਆਂ ਵਿੱਚ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਉਹ ਦੇਖੋ ਚੱਕਿਆਂ ਵਿੱਚ ਇਹਦੇ ਸਾਹ ਲੱਗਿਆ ਹੁੰਦਾ ਇਹ ਪਲੰਟਰੀ ਉਹ ਅੰਦਰ ਲੱਗਿਆ ਹੋਇਆ ਹੈ ਤੇ ਇਹਦੇ ਵਿੱਚ ਕੀ ਹੁੰਦਾ ਭਾਈ ਗਰਾਰੀਆਂ ਹੁੰਦੀਆਂ ਹੈ ਤਿੰਨ ਗਰਾਰੀ ਹੁੰਦੀ ਇੱਕ ਸੈਂਟਰ ਵਿੱਚ ਗਰਾਰ ਉਹਦੇ ਨਾਲ ਟਰੈਕਟਰ ਦਾ ਲੋਡ ਬਹੁਤ ਹੱਦ ਦਾ ਘਟ ਜਾਂਦਾ ਤੇ ਵਧੀਆ ਬਹੁਤ ਰੇਲਾ ਟਰੈਕਟਰ ਚੱਲਦਾ ਪਿੱਛੋਂ ਵੀ ਟਰੈਕਟਰ ਦੇਖੋ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਟਰੈਕਟਰ ਨੂੰ ਬਾਈ ਤੇ ਸਾਰਾ ਕੁਝ ਨਾਲ ਦਾ ਤੁਸੀਂ ਇਹਦੀ ਹੁੱਕ ਦੇਖੋ ਟਰੈਕਟਰ ਦੀ ਹੁੱਕ ਤੋਂ ਆਈਡੀਆ ਲਾ ਸਕਦੇ ਵੀ ਟਰੈਕਟਰ ਕਿੰਨਾ ਚੱਲਿਆ ਵਾ ਟਰਾਲੀ ਚੱਲੀ ਦੀ ਸਹੀ ਗੱਲ ਹੈ ਕਿੰਨੇ ਕ ਘਸੀ ਵੀ ਹੈ ਹਾਂ ਤੇ ਬਾਕੀ ਤਾਂ ਚਲੋ ਬਾਈ ਜਿਹਨੇ ਵੀ ਲੈਣਾ ਹੈ ਟਰੈਕਟਰ ਆਪਣੀ ਆਪ ਤਸੱਲੀ ਕਰਕੇ ਲਓ ਬਾਈ ਠੀਕ ਹੈ ਤੇ ਜਿਹਨੇ ਵੀ ਪੈਸੇ ਲਾਉਣਾ ਜਿੱਥੋਂ ਮਰਜ਼ੀ ਟਰੈਕਟਰ ਲੈਣਾ ਆਪਣੀ ਪੂਰੀ ਤਸੱਲੀ ਕਰਕੇ ਜਾਂਚ ਕੇ ਬਾਈ ਫੇਰ ਟਰੈਕਟਰ ਲਓ ਬਾਈ ਇੱਕ ਵਾਰ ਦੀ ਸ਼ੋਅ ਚੱਕ ਦੇ ਮੜੀ ਟਰੈਕਟਰ ਦੀ ਦਿਖਾ ਦੀ ਅੰਦਰੋਂ ਵੀ ਦਿਖਾ ਦਿੰਦੇ ਆ ਵੀ ਪੱਕਾ ਲੋ ਬਾਈ ਇੱਕ ਮੈਸੀ ਵਾਲੇ ਨੇ ਬਾਈ ਆ ਬਹੁਤ ਵਧੀਆ ਇਹਨਾਂ ਨੇ ਐ ਸ਼ੋਅ ਸ਼ੂ ਪੂਰੀ ਕਵਰ ਕਰੀ ਵੀ ਹੁੰਦੀ ਆ ਇਦਾਂ ਇੰਜਨ ਨੂੰ ਪੂਰਾ ਤੇ ਟੈਂਕੀ ਦੇਖ ਲਓ ਉੱਪਰ ਟੈਂਕੀ ਇੱਕ ਟੈਂਕੀ ਦੇਖ ਲਓ ਉੱਪਰ ਹੁੰਦੇ ਇਹਨਾਂ ਦੀ
ਬੰਦਾ ਕਹਿੰਦਾ ਤੇਲ ਮੈਂ ਕਹਿੰਦਾ ਤੇਲ ਮਿਲਣ ਲੱਗਿਆ ਅੱਧਾ ਉਂਗਲ ਤੇਲ ਮੈਂ ਕਹਿੰਦਾ ਕੁਛ ਨਹੀਂ ਯਾਰ ਤੇਲ ਕੱਢਿਆ ਟਰੈਕਟਰ ਚੋਂ ਤੇਲ ਖਾਸਾ ਨਿਕਲਿਆ ਅੱਧਾ ਉਂਗਲ 'ਚ ਵੀ ਅੱਛਾ ਤੇ ਆਉਂਦਾ ਬਾਈ ਤਿੰਨ ਸਿਲੰਡਰ ਵਿੱਚ ਆ ਖੜ੍ਹ ਜਾਓ ਇੱਧਰ ਨੂੰ ਦਿਖਾਉਣਾ ਚੰਗੀ ਤਰ੍ਹਾਂ ਬਾਈ ਆਹ ਲਓ ਜੀ ਟਰੈਕਟਰ ਦੇਖ ਲਓ ਪੂਰਾ ਸੀਲ ਟਰੈਕਟਰ ਦੇਖ ਲਓ ਚਾਬੀ ਨਹੀਂ ਲੱਗੀ ਹੋਈ ਬਾਈ ਕਿਸੇ ਵੀ ਨੋਜ਼ਲ ਨੂੰ ਵੀ ਚਾਬੀ ਨਹੀਂ ਲੱਗੀ ਹੋਈ ਟਰੈਕਟਰ ਦੇ ਠੀਕ ਹੈ ਅਤੇ ਬਾਕੀ ਤਾਂ ਬਾਈ ਕਵਰ ਆ ਲਗਭਗ ਟੈਂਕੀ ਕਰਕੇ ਚੰਗੀ ਤਰ੍ਹਾਂ ਦਿਖਦਾ ਵੀ ਟੈਂਕੀ ਉੱਪਰ ਆਉਂਦੀ ਇਹਨਾਂ ਨੂੰ ਅਤੇ ਬਾਕੀ ਤਾਂ ਚਲੋ ਬਾਈ ਆਪਣਾ ਤਸੱਲੀ ਕਰਕੇ ਆਪਣਾ ਆਪ ਚੈੱਕ ਕਰਕੇ ਲਿਓ ਅਤੇ ਆ ਮੂਹਰੇ ਲੱਗਿਆ ਹੋਇਆ ਜੀ ਇੰਟਰਕੂਲਰ ਅਤੇ ਟਰਬੋ ਵਿੱਚ ਆਉਂਦਾ ਬਾਈ ਟਰੈਕਟਰ ਸਭ ਤੋਂ ਬੜੀ ਗੱਲ ਜਿਹੜੀ ਹੈ ਟਰਬੋ ਵਿੱਚ ਜਿਹੜਾ ਮੈਸੀ 9500 ਇਹ ਟਰਬੋ ਵਿੱਚ ਆਉਂਦਾ ਹੈ ਮੰਨ ਕੇ ਚਲੋ ਜਿਹੜੇ ਟਰੈਕਟਰ ਨੂੰ ਇੰਟਰਕੂਲਰ ਲੱਗਿਆ ਵਾ ਆਹ ਮੂਹਰੇ ਲੱਗਿਆ ਵਾ ਬਾਈ ਰੇਡੀਏਟਰ ਦੇ ਤਾਂ ਉਹ ਟਰੈਕਟਰ ਨੂੰ ਟਰਬੋ ਲੱਗੀ ਵੀ ਹੁੰਦੀ ਆ ਅਤੇ ਬਸ ਬਾਈ ਲਾ ਦੇ ਸ਼ੋ ਇਹਦੀ ਸ਼ੋ ਦੀ ਐਨ ਪੂਰਾ ਦੇ ਲਾ ਬੰਦ ਕਰਿਆ ਵਾ ਟਰੈਕਟਰ ਸਾਰੇ ਪਾਸੇ 'ਤੇ ਉੱਧਰ 'ਤੇ ਵੀ ਇੱਧਰ 'ਤੇ ਵੀ ਅਤੇ ਬਾਈ ਗੱਲ ਕਰੀਏ ਤਾਂ ਇਹਦਾ ਇੰਜਣ ਦੀ ਸਿਮਸਨ ਇੰਜਣ ਦੇ ਵਿੱਚ ਹੈ ਟਰੈਕਟਰ ਸਿਮਸਨ ਹਾਂ ਸਿਮਸਨ ਦਾ ਇੰਜਣ ਹੈ ਅਤੇ ਬਾਕੀ ਤੁਹਾਨੂੰ ਰੇਟ ਦੱਸਤਾ ਬਾਈ ਇਹਦਾ 4,20,000 ਰੁਪਏ ਡਿਮਾਂਡ ਹੈ ਅਤੇ ਬਾਕੀ ਬਾਈ ਮੌਕੇ ਦਾ ਰੇਟ ਹੈ ਟਰੈਕਟਰ ਦਾ ਅਤੇ ਬਾਕੀ ਤੁਹਾਨੂੰ ਟਰੈਕਟਰ ਸਟਾਰਟ ਕਰਕੇ ਵੀ ਦਿਖਾਉਂਦੇ ਇੱਕ ਵਾਰ ਆਵਾਜ਼ ਚੈੱਕ ਕਰਾਉਂਦੇ ਟਰੈਕਟਰ ਦੀ ਕਰੀ ਵੀਰੇ ਮਾੜਾ ਜਿਹਾ ਟਰੈਕਟਰ ਸਟਾਰਟ ਮਾਰ ਇਹਦੀ ਸਲਫ ਦੇਖੀ ਕਿਆ ਕਹਿੰਦਾ ਇਹ ਕਰ ਦਿਓ ਮਹਾਰਾਜ ਦੋ ਬਾਈ ਟਰੈਕਟਰ ਦੀ ਸਟਾਰਟਿੰਗ ਕਰ ਲਓ ਚੈੱਕ ਅਤੇ ਵਾਜੂ ਦੇ ਦਿਓ ਟਰੈਕਟਰ ਦੀ ਬਾਈ ਗੇਰ ਗੂਰ ਦੇਖ ਪਾ ਕੇ ਓਕੇ ਟਰੈਕਟਰ ਦੇ ਕੋਈ ਆਵਾਜ਼ ਮੂਜ ਗੇਰਾ ਕੋਈ ਹਿੱਸੇ ਦੀ ਕੋਈ ਤੋਲ ਤਾਂ ਬੜਾ ਟਰੈਕਟਰ ਅੱਗੇ ਨੂੰ ਬੰਦਾ ਥੋੜ੍ਹਾ ਜਿਹਾ ਅਣਜਾਣ ਆ ਬਾਈ ਚਲਾਈ ਦੇ ਪਤਾ ਲੱਗਦਾ ਰਹਿਣ ਦੇ ਖੜਾ ਦੇ ਤੂੰ ਤਾਂ ਹੁਣ ਗੇੜਾ ਲੈ ਕੇ ਆਊਗਾ ਬਾਈ ਮੈਨੂੰ ਲੱਗਦਾ ਅਤੇ ਬਾਈ ਇੱਕ ਟਰੈਕਟਰ ਹੋਰ ਖੜਾ ਦੀ ਥੋੜ੍ਹੀ ਜਿਹੀ ਟਰੈਕਟਰ ਦੀ ਡਾਊਨ ਆ ਕੰਡੀਸ਼ਨ ਇਹਦੀ ਵੀ ਆਪਾਂ ਇਹ ਥੋੜ੍ਹਾ ਟਰੈਕਟਰ ਚੱਲਿਆ ਹੋਇਆ ਚੰਗਾ ਏ 9500 ਐਮ ਐਸ ਸੀ ਇਹਦੇ ਵੀ ਵੈਸੇ ਟਾਇਰ ਨਾਲ ਦੇ ਆ ਟਰੈਕਟਰ ਦੇ ਇਹਦੀ ਥੋੜ੍ਹੀ ਜਿਹੀ ਹਾਲਤ ਟਰੈਕਟਰ ਦੀ ਜ਼ਿਆਦਾ ਖਰਾਬ ਕਰੀ ਵੀ ਆ ਇਹ ਬਾਈ 9500 ਇਹ ਵੀ 9500 ਹੈ ਬੰਬੂ ਗਾਰਡ ਬਣਾਇਆ ਵਾ ਇਹਨੂੰ ਅਤੇ ਲਓ ਬਾਈ ਟਰੈਕਟਰ ਆ ਗਿਆ ਟਰਾਈ ਲੈ ਕੇ ਲਾ ਦੇ ਬੈਗ ਉੱਥੇ ਖੜਾ ਦੇ ਇਹਨੂੰ ਹਾਂ ਹਾਂ ਬਸ ਕਰ ਦੇ ਬੰਦ ਬਸ ਆ ਵੀਰੇ ਚਾਬੀ ਨਾਲੇ ਬੰਦ ਹੁੰਦੇ ਰੂਟਰੀ ਪੰਪ ਜਿੰਨੇ ਵੀ ਰੂਟਰੀ ਪੰਪ ਹੈ ਨਾ ਹੋਲੈਂਡ ਹੋ ਗਿਆ ਜੌਂਡੀਅਰ ਹੋ ਗਏ ਇਹ ਸਾਰੇ ਚਾਬੀ ਨਾਲੇ ਆ ਇਹ ਹੁਣ ਜਿਹੜੇ ਕਹਿੰਦੇ ਆ ਆਉਣੇ ਆ ਸੀ ਆਰ ਡੀ ਇਹ ਵੀ ਸਾਰੇ ਚਾਬੀ ਨਾਲੇ ਬੰਦ ਹੋਣੇ ਹਾਂ ਕਿੱਦਾਂ ਕੋਈ ਟਰੈਕਟਰੀ ਆਵਾਜ਼ ਬੂਜ਼ ਤਾਂ ਨਹੀਂ ਇਸੇ ਉਸੇ ਦੀ ਕੋਈ ਗੇਰ ਗੂਰ ਵਧੀਆ ਲਾਦੇ ਆ ਠੀਕ ਆ ਠੀਕ ਆ ਤੇਰੀ ਗਰੰਟੀ ਆ ਟਰੈਕਟਰ ਦੀ ਹਾਂ ਹਾਂ ਪੂਰੀ ਗਰੰਟੀ ਆ ਵੀਰੇ ਪੂਰੀ ਗਰੰਟੀ ਆ ਮਤਲਬ ਆਪ ਆ ਕੇ ਯਾਰ ਪਤਾ ਮੇਰੀ ਗਰੰਟੀ ਵੀ ਆ ਬੰਦਾ ਆਪਣੀ ਵੀ ਮੇਸਤਰੀ ਲਿਆਵੇ ਤਸੱਲੀ ਕਰਕੇ ਲੈ ਕੇ ਜਾਵੇ ਯਾਰ ਜਿਹੜੇ ਬੰਦੇ ਨੇ ਪੈਸੇ ਲਾਉਣੇ ਆ ਚਾਰ ਲੱਖ ਕਰਦਾ ਹੀ ਆ ਬਾਈ ਹਰੇਕ ਬੰਦਾ ਹਰੇਕ ਬੰਦਾ ਤਸੱਲੀ ਕਰਕੇ ਲੈ ਕੇ ਜਾਵੇ ਉਹਦੇ ਤੇ ਬਾਕੀ ਬਾਈ ਕਿਸੇ ਗੱਲ ਪਾਉਣ ਨਹੀਂ ਲੱਗੇ ਤੇ ਟਰੈਕਟਰ ਸਾਰਾ ਓਰੀਜਨਲ ਹੈ ਬਿਲਕੁਲ ਕਿਸੇ ਪਾਸੇ ਤੇ ਕੋਈ ਟਚਿੰਗ ਰੰਗ ਰੁੰਗ ਕੁਝ ਨਹੀਂ ਵੱਜਿਆ ਹੋਇਆ ਹੈਗਾ ਠੀਕ ਆ ਹਾਂ ਕਿਤੇ ਉਤਰਿਆ ਹੋਇਆ ਵੀ ਨਹੀਂ ਹੈ ਰੰਗ ਹਾਂ ਐ ਰੁਕਿਆ ਹੈਗਾ ਤੇ ਜਿੱਦਾਂ ਬਾਈ ਕਈਆਂ ਦਾ ਹੁੰਦਾ ਵੀ ਟਰੈਕਟਰ ਤਿਆਰ ਕਰਿਆ ਵਾ ਨਾ ਕੁਝ ਹੋਇਆ ਵਾ ਕੁਝ ਨਹੀਂ ਤਿਆਰ ਹੋਇਆ ਵਾ ਪੂਰਾ ਓਰੀਜਨਲ ਟਰੈਕਟਰ ਸਾਰਾ ਹਿੱਸੇ ਦਾ ਰੰਗ ਪੂਰਾ ਜਿੱਦਾਂ ਹੈਗਾ ਟਰੈਕਟਰ ਉਦਾਂ ਹੀ ਆ ਅਤੇ ਬਾਕੀ ਬਾਈ ਹੋਰ ਤਾਂ ਕੋਈ ਚੀਜ਼ ਹੈ ਨਹੀਂ ਖਾਸ ਦੱਸਣ ਵਾਲੀ ਜਿਹੜੀ ਜਿੰਨੀ ਆਪਾਂ ਨੂੰ ਜਾਣਕਾਰੀ ਆਪਾਂ ਨੇ ਦੱਸਤਾ ਅਤੇ ਬਾਕੀ ਬਾਈ ਇਹਨਾਂ ਕੋਲ ਸੋਨਾਲੀਕਾ ਟਰੈਕਟਰ ਤਾਂ ਸਭ ਨੂੰ ਪਤਾ ਹੀ ਆ ਵੀ ਸੋਨਾਲੀਕਾ ਦੀ ਵੀ ਏਜੰਸੀ ਇਹਨਾਂ ਕੋਲ ਆਪਣੇ ਨਾਲੇ ਐਂ ਗੁਆਂਢੀ ਹੋਆ ਸਾਡੇ ਪੜੋਸੀ ਇਹ ਅਤੇ ਆਹ 750 ਖੜਾ ਇਹਨਾਂ ਦਾ ਬਾਈ ਮੈਂ ਕਹਿੰਦਾ ਬਾਈ ਸਾਰਿਆਂ ਨੂੰ ਆਹੀ ਵੱਧ ਵਿਕਦਾ ਇਹਨਾਂ ਦਾ ਹੈ ਨਾ 750 60 ਨਾਲੋਂ ਵੀ ਵੱਧ ਇਹਦੀ ਮਾਰਕੀਟ ਹੈ 4 ਸਿਲੰਡਰ ਵਿੱਚ ਆਉਂਦਾ ਬਾਈ ਇਹ ਠੀਕ ਹੈ ਜੀ ਸ਼ਟਲ ਗੇਅਰ ਵਾਲਾ ਖੜਾ ਹਾਂ ਸ਼ਟਲ ਗੇਅਰ ਇਹਦੇ ਵਿੱਚ ਆਪਾਂ ਨੂੰ ਦੋਨੇ ਆਪਸ਼ਨ ਮਿਲ ਜਾਂਦੀ ਆ ਇੱਕ ਆਪਾਂ ਨੂੰ ਸਪੀਡ ਵਾਲਾ ਮਿਲ ਜਾਂਦਾ ਇਹਦੇ ਮਾ 3 ਸਪੀਡ ਵੀ ਆਉਂਦਾ ਖੜਾ ਹੈ ਆਹ ਮੇਰੇ ਹਿਸਾਬ ਨਾਲ 3 ਸਪੀਡ ਹੈ ਨਾ ਇਹ ਹਾਂ 3 ਸਪੀਡ ਹੈ ਅਤੇ ਬਾਕੀ ਹੋਰ ਵੀ ਇਹਨਾਂ ਕੋਲ ਸਾਰੇ ਮਾਡਲ ਬਾਈ ਸੋਨਾਲੀਕਾ ਦੇ ਉਹ ਪਿੱਛੇ ਕਿਹੜਾ ਖੜਾ ਮਗਰ 60
ਨਹੀਂ ਉਹ 50 ਖੜਾ ਵੀਰੇ ਉਹ ਵੀ 750 ਆ ਬਿਨਾ ਸ਼ਟਰ ਗੇਅਰ ਤੋਂ ਅੱਛਾ ਉਹ ਬਿਨਾ ਸ਼ਟਰ ਗੇਅਰ ਤੋਂ ਠੀਕ ਆ ਤੇ ਬਾਕੀ ਕਿਦੋਂ ਟਰੈਕਟਰ ਅੰਦਰ ਖੜੇ ਇਹਨਾਂ ਦੇ DI 35 ਖੜਾ ਠੀਕ ਆ ਠੀਕ ਆ ਸੋ ਬਾਈ ਵੀਡੀਓ ਦੇ ਵਿੱਚ ਇੰਨਾ ਹੀ ਸੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਅਤੇ ਬਾਕੀ ਵੀਰ ਦਾ ਵੀ ਚੈਨਲ ਆ ਬਾਈ ਯੂਟਿਊਬ 'ਤੇ ਬਿਲਕੁਲ ਤੰਬੜ ਵਲੌਗ ਵੀਰੇ ਤੰਬੜ ਵਲੌਗ ਹਾਂ ਵੀਰੇ ਸਬਸਕ੍ਰਾਈਬ ਕਰਿਓ ਪਿਆਰ ਦਿਓ ਉੱਧਰ ਵੀ ਯਾਰ ਹਾਂ ਬਾਈ ਨਵਾਂ ਨਵਾਂ ਬਿਲਕੁਲ ਜ਼ਰੂਰ ਸਪੋਰਟ ਕਰਿਓ ਬਾਈ ਵੀਰ ਨੂੰ ਬਿਲਕੁਲ ਜੀ ਬਿਲਕੁਲ ਜ਼ਰੂਰ ਕਰਿਓ ਵੀਰੇ ਸੋ ਬਾਈ ਵੀਡੀਓ ਵਿੱਚ ਇੰਨਾ ਹੀ ਸੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਧੰਨਵਾਦ ਜੀ ਸਾਰਿਆਂ ਦਾ